ਹੈਲੋ ਐਵਰੀਵਨ, ਵੈਲਕਮ ਟੂ ਦੈਟ ਐਡਵਾਈਜ਼ਰ ਐਜੂਕੇਸ਼ਨਲ ਚੈਨਲ। ਮੈਂ ਮੋਲ ਅਬੋਹਰ ਪੰਜਾਬ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਇੱਕ ਨਵੀਂ ਅਪਡੇਟ ਲੈ ਕੇ। ਦੇਖੋ ਗਾਇਜ਼, ਜਿਸ ਅਪਡੇਟ ਦੇ ਬਾਰੇ ਵਿੱਚ ਅਸੀਂ ਕਾਫੀ ਲੰਬੇ ਟਾਈਮ ਤੋਂ ਵੇਟ ਕਰ ਰਹੇ ਸੀ, ਤਾਂ ਉਹ ਅਪਡੇਟ ਅੱਜ ਸਾਡੇ ਸਾਹਮਣੇ ਰੱਖੀ ਜਾ ਚੁੱਕੀ ਹੈ। ਸਕੂਲ ਲਾਇਬ੍ਰੇਰੀਅਨ ਦੀਆਂ 750 ਪੋਸਟ ਦੇ ਰਿਗਾਰਡਿੰਗ ਓਫੀਸ਼ੀਅਲ ਸਿਲੇਬਸ P++P ਦੀ ਵੈਬਸਾਈਟ ਤੇ ਅਨਾਊਂਸ ਕਰ ਦਿੱਤਾ ਗਿਆ ਹੈ। ਸਿਲੇਬਸ ਥੋੜਾ ਜਿਹਾ ਇੰਟਰਸਟਿੰਗ ਹੈ, ਸਪੈਸ਼ਲ ਹੈ, ਹਰ ਇੱਕ ਚੀਜ਼ ਤੁਹਾਡੇ ਨਾਲ ਡਿਸਕਸ ਕਰੂੰਗਾ। ਐਂਡ ਜ਼ਰਾ ਤੁਹਾਨੂੰ ਯਾਦ ਹੋਏਗਾ, ਮੈਂ ਤੁਹਾਡੇ ਨਾਲ ਪ੍ਰੀਵੀਅਸ ਵੀਡੀਓ ਵਿੱਚ ਵੀ ਇਹ ਗੱਲ ਡਿਸਕਸ ਕੀਤੀ ਸੀਗੀ, ਜੋ ਸਾਡੇ 700 ਲਾਇਬ੍ਰੇਰੀਅਨ ਦੀਆਂ ਜੋਬਸ ਹੈ ਸਕੂਲ ਲਾਇਬ੍ਰੇਰੀਅਨ ਦੀਆਂ, ਇਸ ਦੇ ਲਈ ਪੇਪਰ ਓਬਜੈਕਟਿਵ ਟਾਈਪ ਹੀ ਹੋਏਗਾ, ਤਾਂ ਉਸ ਦੇ ਬਾਰੇ ਵਿੱਚ ਹੀ ਪ੍ਰੋਪਰ ਚਰਚਾ ਕਰਾਂਗੇ। ਐਂਡ ਕੋਚਿੰਗ ਦੇ ਰਿਗਾਰਡਿੰਗ ਵੀ ਆਪਾਂ ਗੱਲਬਾਤ ਕਰਨ ਵਾਲੇ ਹਾਂ ਇਸੇ ਵੀਡੀਓ ਦੇ ਵਿੱਚ ਹੀ, ਤਾਂ ਜ਼ਰੂਰ ਅਸੀਂ ਦੇਖਦੇ ਹਾਂ। ਦੇਖੋ ਗਾਇਜ਼, ਪਹਿਲੀ ਚੀਜ਼, ਪੇਪਰ ਸਰ ਹੈ ਕਿੰਨੇ ਮਾਰਕਸ ਦਾ, ਕਿੰਨੇ ਕੁਐਸਚਨ ਹੋਣਗੇ। ਗਾਇਜ਼, 120 ਮਾਰਕਸ ਦਾ ਪੇਪਰ ਤੁਹਾਡਾ ਹੋਣ ਵਾਲਾ ਹੈ। ਹਰ ਇੱਕ ਕੁਐਸਚਨ ਦਾ ਇੱਕ ਨੰਬਰ ਤੁਹਾਡੇ ਲਈ ਰਹਿਣ ਵਾਲਾ ਹੈ, ਇਹਨਾਂ ਨੇ ਫਸਟ ਲਾਈਨ ਵਿੱਚ ਹੀ ਕਲੀਅਰ ਕਰ ਦਿੱਤਾ। 120 ਕੁਐਸਚਨ, 120 ਨੰਬਰ, ਬਟ ਇੱਕ ਇਹਦੇ ਵਿੱਚ ਧਿਆਨ ਵਿੱਚ ਰੱਖਣ ਵਾਲੀ ਗੱਲ ਕੀ ਹੈ ਕਿ ਇਹਦੇ ਵਿੱਚ ਹੋਏਗੀ ਨੈਗੇਟਿਵ ਮਾਰਕਿੰਗ, ਤੁੱਕਾ ਸਿਸਟਮ ਨਹੀਂ ਚੱਲਣ ਵਾਲਾ, ਤਾਂ ਨੈਗੇਟਿਵ ਮਾਰਕਿੰਗ ਹੋਏਗੀ 0.25, ਤੁਹਾਡਾ ਨੰਬਰ ਘੱਟ ਲਿਆ ਜਾਏਗਾ ਹਰ ਇੱਕ ਗਲਤ ਕੁਐਸਚਨ ਹੋਣ 'ਤੇ। ਟਾਈਮਿੰਗ ਥੋੜ੍ਹੀ ਜਿਹੀ ਜਾਣ ਕੇ ਮੈਨੂੰ ਹੈਰਾਨੀ ਹੋ ਰਹੀ ਹੈ, ਬਟ ਚਲੋ ਠੀਕ ਹੈ, ਕਿਤੇ ਨਾ ਕਿਤੇ ਕੋਈ ਇੰਨੀ ਮਾੜੀ ਟਾਈਮਿੰਗ ਵੀ ਨਹੀਂ ਹੈ। ਹੁਣ ਦੇਖੋ, ਜਿਵੇਂ ਐਨਟੀਟੀ ਦਾ ਪੇਪਰ ਆਇਆ ਸੀ, ਉਹਦੇ ਵਿੱਚ ਕਾਫੀ ਖੁੱਲ੍ਹੀ ਟਾਈਮਿੰਗ ਦਿੱਤੀ ਗਈ ਸੀ, ਬਟ ਇੱਥੇ 120 ਕੁਐਸਚਨ ਦੇ ਲਈ 100 ਮਾਰਕਸ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਮੈਨੂੰ ਘੱਟ ਲੱਗ ਰਹੀ ਹੈ ਜੀ, ਕਿਉਂਕਿ ਇਹਦੇ ਵਿੱਚ ਮੈਥੇਮੈਟਿਕਸ ਵੀ ਹੈ। ਸਭ ਤੋਂ ਪਹਿਲਾਂ ਹੁਣ ਜੋ ਸਬਜੈਕਟ ਮੈਂ ਤੁਹਾਡੇ ਸਾਹਮਣੇ ਪੂਰੇ ਸਬਜੈਕਟ ਵਾਈਜ਼ ਰੀਜ਼ਨ ਤੁਹਾਡੇ ਸਾਹਮਣੇ ਰੱਖਦਾ ਹਾਂ, ਇੱਥੋਂ ਫਿਰ ਅਸੀਂ ਗੱਲਬਾਤ ਕਰਾਂਗੇ ਕਿ ਇਸ ਦੀ ਅੱਗੇ ਪਲੈਨਿੰਗ ਕੀ ਹੋ ਸਕਦੀ ਹੈ। ਦੇਖੋ, ਹੁਣ ਪਹਿਲਾ ਸਬਜੈਕਟ ਤੁਸੀਂ ਦੇਖਦੇ ਹੋ ਜਿਹਦੇ ਵਿੱਚ ਕੁਆਂਟੀਟੀਵ ਜੋ ਹੈ ਐਬਿਲਿਟੀ ਹੈ ਐਂਡ ਰੀਜ਼ਨਿੰਗ ਐਬਿਲਿਟੀ, ਇਟ ਮੀਨਸ ਕਿ ਮੈਥੇਮੈਟਿਕਸ ਐਂਡ ਰੀਜ਼ਨਿੰਗ ਦੋ ਸਬਜੈਕਟ ਹੋ ਗਏ ਜੀ। ਇਹਨਾਂ ਦੋ ਸਬਜੈਕਟਸ ਦੀ ਵੇਟੇਜ ਬਹੁਤ ਘੱਟ ਰੱਖੀ ਹੋਈ ਹੈ, ਬਟ ਇਹ ਵੀ ਜ਼ਰੂਰੀ ਸੀ ਘੱਟ ਰੱਖਣੀ, ਕਿਉਂਕਿ ਤੁਹਾਨੂੰ ਅੱਗੇ ਜਾ ਕੇ ਪਤਾ ਲੱਗ ਜਾਏਗਾ। 10 ਨੰਬਰ ਦਾ ਹੈ ਜੀ ਪ੍ਰੋਪਰ, ਇਹਦੇ ਵਿੱਚ ਤੁਹਾਡੇ ਲਈ ਜੋ ਹੈ ਇਹ ਦੋਨਾਂ ਦੀ ਵੇਟੇਜ ਹੈ 10 ਨੰਬਰ ਦੀ ਹੈ। ਇਹਦੇ ਵਿੱਚ ਸਾਰੇ ਦੇ ਸਾਰੇ ਤੁਸੀਂ ਸਿਲੇਬਸ ਦੇ ਵਿੱਚ ਦੇਖ ਸਕੋਗੇ, ਨੰਬਰ ਸੀਰੀਜ਼ ਹੈ, ਪ੍ਰੋਫਿਟ ਐਂਡ ਲੋਸ ਹੈ, ਕੈਲਕੂਲੇਸ਼ਨ ਆਫ ਇੰਟਰਸਟ ਹੈ, ਜਿਵੇਂ ਹੁੰਦਾ ਨਾ ਸਿੰਪਲ ਇੰਟਰਸਟ ਚਲੋ ਕੰਪਾਊਂਡ ਇੰਟਰਸਟ ਦਾ ਫੰਡਾ, ਉਹੀ ਚੀਜ਼ਾਂ ਆ ਜਾਣਗੀਆਂ। ਡਿਵੀਜ਼ਿਬਿਲਿਟੀ ਟੈਸਟ ਹੈ, ਇਹ ਟੋਪਿਕਸ ਥੋੜ੍ਹੇ ਜਿਹੇ ਸਿੰਪਲ ਹੈ, ਕੋਈ ਇੰਨੇ ਡਿਫੀਕਲਟ ਨਹੀਂ ਹੈ। ਫਸਟ ਵਾਲੇ ਸੈਕਸ਼ਨ ਵਿੱਚ ਦੇਖੋਗੇ ਪ੍ਰੋਬਲਮ ਔਨ ਰੇਸ਼ੋ ਔਨ ਪ੍ਰਪੋਰਸ਼ਨਸ ਹੈ, ਪਰਸੈਂਟੇਜ ਪ੍ਰੋਬਲਮਸ ਨੇ, ਪ੍ਰੋਬਲਮ ਔਨ ਇੰਟਰਸਟ ਹੈ, ਡਾਟਾ ਇੰਟਰਪ੍ਰੀਟੇਸ਼ਨ ਹੈ, ਤਾਂ ਠੀਕ ਹੈ, ਸਾਰੀ ਚੀਜ਼ਾਂ ਤੁਸੀਂ ਇਹਦੇ ਲਈ ਦੇਖ ਸਕਦੇ ਹੋ। ਇੱਦਾਂ ਹੀ ਕੁਛ ਰੀਜ਼ਨਿੰਗ ਵਾਲੀ ਸਾਈਡ ਤੋਂ ਵੀ ਦੇਖ ਸਕਦੇ ਹੋ, ਰੀਜ਼ਨਿੰਗ ਦੇ ਟੋਪਿਕਸ ਕੋਈ ਇੰਨਾ ਡਿਫੀਕਲਟ ਟੋਪਿਕਸ ਨਹੀਂ ਹੈ, ਇੰਟਰਸਟਿੰਗ ਟੋਪਿਕਸ ਹੈ, ਜੋ ਕਿ ਅਗਰ ਤੁਸੀਂ ਇਸ ਪੇਪਰ ਦੇ ਲਈ ਤਿਆਰ ਹੋਵੋਗੇ ਤਾਂ ਤੁਹਾਨੂੰ ਇਹਨੂੰ ਕਰਕੇ ਜਾਣਾ ਪਏਗਾ ਇੱਕ ਵਧੀਆ ਲੈਵਲ ਤੇ। ਤਾਂ 10 ਨੰਬਰ ਦੀ ਹੋਈ ਮੈਥ ਐਂਡ ਰੀਜ਼ਨਿੰਗ, ਠੀਕ ਹੈ ਗਾਇਸ, ਪਹਿਲੀ ਤਿਆਰੀ ਤੁਸੀਂ ਕਰਨੀ ਹੈ ਦੋ ਸਬਜੈਕਟਸ ਦੀ, ਮੈਥ ਐਂਡ ਰੀਜ਼ਨਿੰਗ ਦੀ, ਚਲੋ ਠੀਕ ਹੈ ਸਰ, ਕਲੀਅਰ ਹੈ। ਦੂਸਰੀ ਗੱਲ, ਜਨਰਲ ਨੌਲੇਜ, ਜਿਸਨੂੰ ਤੁਸੀਂ ਜੀ ਕੇ ਕਹਿ ਸਕਦੇ ਹੋ, ਐਂਡ ਜਨਰਲ ਅਵੇਅਰਨੈਸ। ਹੁਣ ਇਹ ਤੁਸੀਂ ਪੜ੍ਹਨੀ ਹੈ ਓਨਲੀ ਇੰਡੀਆ ਲੈਵਲ ਦੀ ਨਹੀਂ, ਜਾਂ ਓਨਲੀ ਪੰਜਾਬ ਲੈਵਲ ਦੀ ਨਹੀਂ, ਦੋਨਾਂ ਦੀ ਪੜ੍ਹਨੀ ਹੈ, ਇੰਡੀਆ ਐਂਡ ਪੰਜਾਬ ਲੈਵਲ ਤੇ, ਜੋ ਇਸ ਦੇ ਸੰਬੰਧ ਵਿੱਚ ਜੋ ਜੀ ਕੇ ਹੈ ਉਹ ਸਾਰੀ ਦੀ ਸਾਰੀ ਤੁਹਾਨੂੰ ਪੜ੍ਹਨੀ ਪਏਗੀ। ਬਟ ਠੀਕ ਹੈ, ਇਸਦਾ ਏਰੀਆ ਕੋਈ ਇੰਨਾ ਵਾਈਡ ਨਹੀਂ ਰੱਖਿਆ ਗਿਆ, ਲਿਮਿਟਿਡ ਏਰੀਆ ਹੈ। ਹਾਂ, ਬਾਕੀ ਤੁਹਾਨੂੰ ਕੋਨਸਟੀਟਿਊਸ਼ਨ ਪੜ੍ਹਨਾ ਪਏਗਾ, ਜਿਵੇਂ ਪੋਲਿਟੀ ਦੇ ਅੰਡਰ, ਇੱਧਰੋਂ ਕਰੰਟ ਅਫੇਅਰਸ ਹੈ, ਹਿਸਟਰੀ ਐਂਡ ਜੀਓਗ੍ਰਾਫੀ ਦਾ ਕਨਸੈਪਟ ਹੈ, ਤੁਸੀਂ ਦੇਖ ਹੀ ਸਕਦੇ ਹੋ, ਹਿਸਟਰੀ ਤੁਹਾਨੂੰ ਆਲ ਓਵਰ ਪੜ੍ਹਨੀ ਪੈ ਜਾਣੀ ਹੈ, ਬਟ ਇਸਦੀ ਵੇਟੇਜ ਬਹੁਤ ਘੱਟ ਹੈ, ਵੇਟੇਜ ਵੀ ਘੱਟ ਹੈ, ਠੀਕ ਹੈ, ਇਹ ਚੀਜ਼ ਜ਼ਰਾ ਧਿਆਨ ਵਿੱਚ ਰੱਖ ਲਿਆ ਜੀ। ਬਟ ਇੰਨਾ ਇਹਦੇ ਵਿੱਚ ਜ਼ਿਆਦਾ ਹਿਸਟਰੀ ਦਾ ਥੋੜ੍ਹਾ ਜ਼ਿਆਦਾ ਸਿਲੇਬਸ ਹੋ ਜਾਂਦਾ ਹੈ, ਬਾਕੀ ਠੀਕ ਹੈ, ਲਿਮਿਟਿਡ ਹੈ, ਕੋਈ ਇੰਨਾ ਜ਼ਿਆਦਾ ਨਹੀਂ। ਇਕਨੋਮਿਕਸ ਦਾ ਵੀ ਸਿਲੇਬਸ ਦਿੱਤਾ ਗਿਆ, ਕੋਈ ਇੰਨਾ ਡੈਪਥ ਵਿੱਚ ਨਹੀਂ ਜਾ ਕੇ ਕੋਈ ਖਾਸ ਪੁੱਛ ਰਿਹਾ, ਉੱਪਰੋਂ ਉੱਪਰੋਂ ਦੀ ਗੱਲ ਜ਼ਿਆਦਾ ਇਹਦੇ ਵਿੱਚ ਹੋ ਰਹੀ ਹੈ। ਨੈਕਸਟ, ਆਈ ਟੀ ਇਨ ਲਾਇਬ੍ਰੇਰੀ ਐਂਡ ਕੰਪਿਊਟਰਸ, ਤਾਂ ਇਹ ਚੀਜ਼ ਯਾਦ ਰੱਖ ਲਿਆ ਜੀ। ICT ਦਾ ਰੋਲ ਕੀ ਰਹੇਗਾ ਲਾਇਬ੍ਰੇਰੀ ਦੀ ਫੀਲਡ ਵਿੱਚ,
ਐਂਡ ਜੋ ਹੈ ਉੱਥੋਂ ਮੀਨਸ ਉਸ ਫੀਲਡ ਨਾਲ ਤੁਸੀਂ ਕਿਵੇਂ ਜੋੜ ਸਕਦੇ ਹੋ ਇਸ ਚੀਜ਼ ਨੂੰ, ਤਾਂ ਉਸ ਦੇ ਬੇਸ 'ਤੇ ਆਉਣ ਵਾਲਾ ਕੰਪਿਊਟਰ। ਇੱਕ ਤਾਂ ਕੰਪਿਊਟਰ ਹੁੰਦਾ ਨਾ ਕਿ ਸਿੰਪਲ, ਹਾਂਜੀ ਜੀ ਬਸ ਉਸ ਬੇਸ 'ਤੇ ਤੁਸੀਂ ਪੜ੍ਹ ਕੇ ਚਲੇ ਗਏ, ਬਟ ਹੁਣ ਇਹ ਚੀਜ਼ ਲਾਇਬ੍ਰੇਰੀ ਦੇ ਨਾਲ ਕਿਵੇਂ ਜੁੜੇਗੀ ਉਹ ਚੀਜ਼ ਦੇਖਣੀ ਪਏਗੀ। ਠੀਕ ਹੈ ਕਿ ਉੱਥੇ ਉੱਥੇ ਤੁਸੀਂ ਇੱਕ ਲਾਇਬ੍ਰੇਰੀਅਨ ਹੋ, ਸਕੂਲ ਲਾਇਬ੍ਰੇਰੀਅਨ ਹੋ, ਤਾਂ ਉੱਥੇ ਤੁਸੀਂ ਬੱਚਿਆਂ ਨਾਲ ਡੀਲ ਕਰਨਾ, ਤਾਂ ਉਸ ਬੇਸ 'ਤੇ ਤੁਹਾਨੂੰ ਇੰਨਾ ਸਾਰੀ ਚੀਜ਼ਾਂ ਦੀ ਨੌਲੇਜ ਹੋਣੀ ਚਾਹੀਦੀ ਹੈ, ਤਾਂ ਹੀ ਅੱਜ ਤੁਹਾਨੂੰ ਪੜ੍ਹਾਏ ਜਾ ਰਹੇ ਨੇ। ਸਿਲੇਬਸ ਮੇਰੀ ਤਰਫ ਤੋਂ ਕੋਈ ਮਾੜਾ ਨਹੀਂ ਹੈ, ਕਾਫੀ ਇੰਟਰਸਟਿੰਗ ਸਿਲੇਬਸ ਹੈ, ਅੱਗੇ ਤੁਸੀਂ ਦੇਖੀ ਜਾਓ, ਕਾਫੀ ਇਹਦੇ ਵਿੱਚ ਹੈ ਤੁਹਾਡੇ ਲਈ ਜਾਣਨ ਵਾਲਾ। ਨੈਕਸਟ ਹੈ ਲੈਂਗੁਏਜ, ਇੰਗਲਿਸ਼ ਐਂਡ ਪੰਜਾਬੀ। ਬੇਸਿਕ ਲੈਵਲ ਦੀ ਇੰਗਲਿਸ਼ ਹੈ, ਬੇਸਿਕ ਲੈਵਲ ਦੀ ਪੰਜਾਬੀ ਹੈ, 10th ਲੈਵਲ ਦੀ ਇੰਗਲਿਸ਼ ਕਹਿ ਲਓ, 10th ਲੈਵਲ ਦੀ ਪੰਜਾਬੀ ਕਹਿ ਲਓ, ਕੋਈ ਇਹਦੇ ਵਿੱਚ ਹੋਰ ਕੁਝ ਖਾਸ ਹੈ ਨਹੀਂ, ਬਟ ਪੜ੍ਹਨੀ ਇੱਕ ਵਧੀਆ ਲੈਵਲ 'ਤੇ ਪਏਗੀ। ਮੰਨ ਕੇ ਚਲੋ ਇਹਨਾਂ ਨੇ ਕਹਿ ਤਾਂ ਦਿੱਤਾ 20 ਮਾਰਕਸ ਦਾ, ਬਟ ਇਹ ਤੁਸੀਂ ਦੇਖ ਸਕਦੇ ਹੋ ਜਿਵੇਂ 10 ਮਾਰਕਸ ਦੀ ਇੰਗਲਿਸ਼ ਐਂਡ 10 ਮਾਰਕਸ ਦੀ ਪੰਜਾਬੀ, ਇਹੀ ਐਕਸਪੈਕਟਡ ਹੈ। ਮੀਡੀਅਮ ਇਹਨਾਂ ਨੇ ਵੈਸੇ ਬਾਇਲਿੰਗੁਅਲੀ ਕਿਹਾ ਹੋਇਆ ਜੀ, ਹਾਂ ਹੁਣ ਲੈਂਗੁਏਜ ਤਾਂ ਥੋੜੀ ਸਿੰਗਲ ਲੈਂਗੁਏਜ ਵਿੱਚ ਹੀ ਆਉਣੀ ਹੈ, ਤਾਂ ਇਹਦੇ ਵਿੱਚ ਤਾਂ ਕੋਈ ਖਾਸ ਇਹਦੇ ਵਿੱਚ ਹੈ ਨਹੀਂ, ਤਾਂ ਬੇਸਿਕ ਗ੍ਰਾਮਰ ਇਹਨਾਂ ਨੇ ਸਾਰੀ ਮੀਨਸ 10th ਲੈਵਲ ਤੱਕ ਇੱਕ ਵਧੀਆ ਗ੍ਰਾਮਰ ਤੁਹਾਨੂੰ ਪੜ੍ਹ ਕੇ ਜਾਣੀ ਪਏਗੀ। ਠੀਕ ਹੈ, ਹੁਣ ਇੱਕ ਹੁੰਦੀ ਹੈ ਨਾ ਬਸ ਸਿੰਪਲ ਹਾਂ ਜੀ ਉਪਰੋ ਉਪਰੋ ਕਰ ਲਿਆ, ਉਹ ਚੀਜ਼ ਨਹੀਂ, ਗ੍ਰਾਮਰ ਵੀ ਇੱਕ ਵਧੀਆ ਲੈਵਲ 'ਤੇ ਕਰਨੀ ਪਏਗੀ, ਉਹ ਚੀਜ਼ ਯਾਦ ਰੱਖ ਲਿਆ ਜਿੱਥੋਂ, ਬਾਕੀ ਸਾਰੇ ਟੋਪਿਕਸ ਇੱਥੇ ਲਿਖੇ ਗਏ ਆ। ਹੁਣ ਇਹ ਤਾਂ ਸੀਗਾ ਜੀ 60 ਨੰਬਰ ਦਾ। ਹੁਣ ਜਿਵੇਂ ਪਿਛਲੇ ਦਿਨਾਂ ਵਿੱਚ ਐਂਟੀਟੀ ਦੇ ਲਈ ਇੱਕ ਜ਼ਬਰਦਸਤ ਜੀ ਨਿਊ ਸਾਹਮਣੇ ਆਈ ਸੀ ਨਾ ਕਿ ਹਾਂਜੀ ਕੁਝ ਖਾਸ ਹੀ ਸਿਲੇਬਸ ਆਇਆ ਸੀ, ਤਾਂ ਉਹ ਸਿਲੇਬਸ ਹੁਣ ਤੁਹਾਡੇ ਲਈ ਆਇਆ ਜੀ। ਠੀਕ ਹੈ, ਹੁਣ ਸਭ ਤੋਂ ਮੇਨ ਪੋਰਸ਼ਨ ਤਾਂ ਇਹ ਹੈ ਜੋ ਸਭ ਤੋਂ ਜ਼ਿਆਦਾ ਚੈਲੇਂਜਿੰਗ ਹੈ, 60 ਨੰਬਰ ਦਾ ਬਾਕੀ ਸਾਰਾ, 60 ਨੰਬਰ ਦਾ ਇਹ ਸਾਰਾ। ਹੁਣ ਇਹ ਹੈ ਜੀ, ਤਾਂ ਇਸ ਤਰ੍ਹਾਂ ਨਾਲ ਮਿਲਾ ਕੇ 120 ਨੰਬਰ ਦਾ ਆਉਂਦਾ ਹੈ, ਜੋ ਕਿ ਬਾਇਲਿੰਗੁਅਲ ਥੋੜਾ ਪੇਪਰ ਰਹਿਣ ਵਾਲਾ ਇੰਗਲਿਸ਼ ਐਂਡ ਪੰਜਾਬੀ ਦੇ ਵਿੱਚ। ਅਗਰ ਮੈਂ ਗੱਲ ਕਰਾਂ ਹੁਣ ਇਹ ਲਾਇਬ੍ਰੇਰੀ ਸਾਇੰਸ ਹੈ, ਪੂਰੇ ਦਾ ਪੂਰਾ 60 ਨੰਬਰ, ਜਿਵੇਂ ਐਂਟੀਟੀ ਵਾਲਿਆਂ ਕੋਲ ਸਾਰਾ ਪ੍ਰੀ ਪ੍ਰਾਇਮਰੀ ਦੇ ਬੇਸ 'ਤੇ ਪੁੱਛਿਆ ਗਿਆ, ਤੁਹਾਡੇ ਕੋਲ ਪੁੱਛਿਆ, ਕਿਉਂਕਿ ਮੈਨੂੰ ਤਾਂ ਪਹਿਲਾਂ ਤੋਂ ਐਕਸਪੈਕਟਡ ਸੀਗਾ ਡੀਅਰ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਸੀ ਕਿ ਜੋ ਇਹ ਲਾਇਬ੍ਰੇਰੀਅਨ ਦਾ ਇੱਕ ਕਨਸੈਪਟ ਹੈ, ਸਾਰੇ ਦਾ ਸਾਰਾ ਤੁਹਾਡੀ ਉੱਥੋਂ ਸਬਜੈਕਟ ਪੇਪਰ ਹੋਣ ਵਾਲਾ ਇਹ 60 ਨੰਬਰ ਦਾ। ਠੀਕ ਹੈ, ਮੀਨਸ ਇੱਕ ਸਬਜੈਕਟ ਕੋਈ ਸੈਪਰੇਟ ਪੇਪਰ ਨਹੀਂ ਹੈ, ਬਟ ਇਹ ਜੋ 60 ਨੰਬਰ ਹੈ ਤੁਹਾਡੇ ਲਈ ਉਹ ਪੂਰੇ ਦਾ ਪੂਰਾ ਉਧਰੋਂ ਹੀ ਆਉਣ ਵਾਲੇ ਹੈ, ਤੁਹਾਡੇ ਆਪਣੇ ਸਬਜੈਕਟ ਤੋਂ ਆਉਣ ਵਾਲੇ ਹੈ, ਤਾਂ ਇਹ ਖਾਸ ਚੀਜ਼ ਹੈ ਇਸ ਦੇ ਲਈ ਜੋ ਤੁਸੀਂ ਯਾਦ ਰੱਖਣੀ ਹੈ। ਇਸ ਤੋਂ ਇਲਾਵਾ ਹੁਣ ਇਹ ਹੈ 60 ਨੰਬਰ ਦਾ, ਹੁਣ 60 ਨੰਬਰ ਦਾ ਤਾਂ ਟੋਪਿਕਸ ਵੀ ਖੁੱਲੇ ਦਿਲ ਨਾਲ ਹੀ ਦੇਣਗੇ ਜੀ, ਇਹਨਾਂ ਨੇ ਦਿੱਤੇ ਹੋਏ ਆ, ਕੋਈ ਸ਼ਰਮ ਨਹੀਂ ਕੀਤੀ ਹੋਈ। ਬਾਕੀ ਇੱਕ ਚੀਜ਼ ਹੈ ਇੰਟਰਸਟਿੰਗ ਹੈ, ਚੈਲੇਂਜਿੰਗ ਮੰਨਿਆ ਜੀ, ਬਟ ਇਹ ਨਹੀਂ ਹੈ ਕਿ ਹੋ ਹੀ ਨਹੀਂ ਸਕਦਾ, ਸਿਲੇਬਸ ਬਿਲਕੁਲ ਹੋ ਸਕਦਾ ਹੈ, ਬਟ ਇਹ ਹੁਣ ਤੁਸੀਂ ਕਹਿ ਸਕਦੇ ਹੋ ਕਿ ਟਾਈਮ ਚੰਗਾ ਕੰਜ਼ਿਊਮ ਕਰਨਾ ਪਏਗਾ ਇਸ ਚੀਜ਼ ਦੇ ਲਈ, ਮੈਟਰ ਲੱਭਣ ਦੇ ਲਈ ਇੱਕ ਵਧੀਆ ਲੈਵਲ 'ਤੇ ਜਾਣ ਦੇ ਲਈ, ਜਿੱਦਾਂ ਐਂਟੀਟੀ ਦਾ ਮੈਟਰ ਇੱਕ ਵਧੀਆ ਲੈਵਲ 'ਤੇ ਲੱਭਣਾ ਪੈ ਰਿਹਾ ਹਰ ਇੱਕ ਪਰਸਨ ਨੂੰ, ਉਸੇ ਟਾਈਪ ਨਾਲ ਇਸਦਾ ਵੀ ਲੱਭਣਾ ਪਏਗਾ। ਠੀਕ ਹੈ, ਤਾਂ ਜਿਵੇਂ ਐਂਟੀਟੀ ਦੇ ਲਈ ਉਹ ਫੇਕ ਜੀ ਬੁੱਕਸ ਆਈ ਜਾ ਰਹੀਆਂ, ਇਸ ਦੇ ਲਈ ਵੀ ਫੇਕ ਜੀ ਬੁੱਕਸ ਜਲਦੀ ਜਲਦੀ ਅਨਾਊਂਸ ਹੋ ਜਾਣੀਆਂ ਤੁਹਾਡੇ ਸਾਹਮਣੇ, ਬਟ ਤੁਹਾਨੂੰ ਲੱਭਣਾ ਪਏਗਾ ਇੱਕ ਓਫੀਸ਼ੀਅਲ ਮੈਟਰ ਕਿੱਥੋਂ ਮਿਲੇਗਾ। ਠੀਕ ਹੈ, ਉਹ ਚੀਜ਼ ਹੈ। ਇਸ ਤੋਂ ਇਲਾਵਾ ਅਗਰ ਅਸੀਂ ਗੱਲ ਕਰੀਏ ਤਾਂ ਆਰਗਨਾਈਜੇਸ਼ਨ ਪਰਪਸ ਐਂਡ ਫੰਕਸ਼ਨਸ ਆਫ ਲਾਇਬ੍ਰੇਰੀਜ਼, ਨੈਸ਼ਨਲ ਐਂਡ ਇੰਟਰਨੈਸ਼ਨਲ ਲਾਇਬ੍ਰੇਰੀ ਦੀ ਐਸੋਸੀਏਸ਼ਨ, ਨੈਸ਼ਨਲ ਲੈਵਲ 'ਤੇ ਕਿਹੜੀ ਐਸੋਸੀਏਸ਼ਨ ਹੈ, ਕਿਹੜੀਆਂ ਕਿਹੜੀਆਂ ਐਸੋਸੀਏਸ਼ਨਸ ਨੇ ਜੋ ਕਿ ਲਾਇਬ੍ਰੇਰੀ ਦੇ ਲੈਵਲ 'ਤੇ ਕੰਮ ਕਰ ਰਹੀਆਂ ਨੇ, ਸੰਸਥਾਵਾਂ ਕਹਿ ਲਓ, ਜਿਵੇਂ ਕਿ ਅਗਰ ਅਸੀਂ ਗੱਲ ਕਰਦੇ ਹਾਂ ਨਾ ਕਿ ਬੱਚਿਆਂ ਦੇ ਲਈ ਕਈ ਸੰਸਥਾਵਾਂ ਕੰਮ ਕਰਦੀਆਂ ਨੇ, ਬਟ ਇੱਥੇ ਹੈ ਓਨਲੀ ਲਾਇਬ੍ਰੇਰੀ ਦੀ ਫੀਲਡ ਵਿੱਚ ਜੋ ਸੰਸਥਾਵਾਂ ਕੰਮ ਕਰ ਰਹੀਆਂ ਨੇ, ਐਂਡ ਜੋ ਇੰਟਰਨੈਸ਼ਨਲ ਲੈਵਲ 'ਤੇ ਵੀ ਕੰਮ, ਇੱਕ ਤਾਂ ਨੈਸ਼ਨਲ ਲੈਵਲ 'ਤੇ ਹੋਇਆ, ਇੱਕ ਇੰਟਰਨੈਸ਼ਨਲ ਲੈਵਲ 'ਤੇ ਜੋ ਜੋ ਕੰਮ ਕਰਨਗੀਆਂ ਉਹ ਸਾਰੀਆਂ ਤੁਹਾਨੂੰ ਇੱਥੇ ਦੇਖਣੀਆਂ ਪੈਣਗੀਆਂ। ਠੀਕ ਹੈ, ਐਂਡ ਲੋਜ਼ ਆਫ ਲਾਇਬ੍ਰੇਰੀ ਸਾਇੰਸ ਤੁਸੀਂ ਦੇਖ ਸਕਦੇ ਹੋ, ਡਿਫਰੈਂਟ ਟਾਈਪਸ ਹੈ ਲਾਇਬ੍ਰੇਰੀਜ਼ ਦੀਆਂ, ਉਹ ਸਾਰਾ ਤੁਹਾਨੂੰ ਇਹਦੇ ਵਿੱਚ ਦੇਖਣਾ ਪੈਂਦਾ ਹੈ। ਠੀਕ ਹੈ, ਥੋੜ੍ਹਾ ਜਿਹਾ ਇੰਟਰਸਟਿੰਗ ਹੈ, ਐਡਾ ਮਾੜਾ ਟੋਪਿਕ ਨਹੀਂ ਹੈ। ਠੀਕ ਹੈ, ਮੀਨਸ ਐਡਾ ਮਾੜਾ ਸਿਲੇਬਸ ਨਹੀਂ ਹੈ, ਜਦੋਂ ਅਸੀਂ ਇੱਕ ਮਨ ਕਰਕੇ ਅੱਗੇ ਵਧਾਂਗੇ ਤਾਂ ਹਰ ਇੱਕ ਚੀਜ਼ ਮਿਲੇਗੀ, ਬਟ ਟਾਈਮ ਲੱਗੇਗਾ, ਇਹ ਚੀਜ਼ ਮੇਰੀ ਯਾਦ ਰੱਖ ਲਿਆ ਜੀ। ਬਾਕੀ ਫੇਕ ਮਟੀਰੀਅਲ ਤੁਹਾਨੂੰ ਜਲਦੀ ਤੋਂ ਜਲਦੀ ਬੁੱਕਸ ਆ ਜਾਣਗੀਆਂ ਮਾਰਕੀਟ ਵਿੱਚ, ਮਿਲ ਜਾਏਗਾ, ਉਹਦੇ ਵਿੱਚ ਰੈਡੀ ਰਹੀਓ ਆਪਣੇ ਪੈਸੇ ਵੇਸਟ ਕਰਨ ਵਾਸਤੇ। ਬਾਕੀ ਲੈ ਲਈਓ ਕੁਛ ਨਾ ਕੁਛ ਆਈਡੀਆ ਤੁਹਾਨੂੰ ਮਿਲੇਗਾ ਘੱਟੋ ਘੱਟ। ਠੀਕ ਹੈ, ਅੱਗੇ ਹੈ ਜੀ ਥੋੜ੍ਹਾ ਜਿਹਾ ਡਿਫਰੈਂਟ ਸੈਕਸ਼ਨਸ ਆਫ ਦਾ ਲਾਇਬ੍ਰੇਰੀ ਐਂਡ ਦੇਅਰ ਫੰਕਸ਼ਨਸ, ਤਾਂ ਇਹ ਇੱਕ ਚੀਜ਼ ਹੈ।
ਕਿ ਜੋ ਲਾਇਬ੍ਰੇਰੀ ਦੇ ਡਿਫਰੈਂਟ ਡਿਫਰੈਂਟ ਸੈਕਸ਼ਨ ਦੇ ਬੇਸ ਤੇ ਐਂਡ ਦੇਅਰ ਫੰਕਸ਼ਨ ਦੇ ਬੇਸ ਤੇ, ਤਾਂ ਇਹ ਸਾਰੀ ਗੱਲਾਂ ਕੁਛ ਨਾ ਕੁਛ ਤੁਸੀਂ ਉਹਦੇ ਲਈ ਵੀ ਦੇਖ ਸਕਦੇ ਹੋ। ਐਕੁਜ਼ੀਸ਼ਨ, ਪੈਰੀਓਡੀਕਲ, ਟੈਕਨੀਕਲ, ਰੈਫਰੈਂਸ, ਸਰਕੂਲੇਸ਼ਨ, ਮੇਨਟੇਨੈਂਸ, ਲਾਇਬ੍ਰੇਰੀ ਦੇ ਰੂਲਸ, ਐਲੀਮੈਂਟਰੀ ਨੌਲੇਜ ਜੋ ਤੁਹਾਨੂੰ ਚਾਹੀਦੀ ਹੈ ਕੰਪਿਊਟਰ ਐਪਲੀਕੇਸ਼ਨ ਦੀ ਲਾਇਬ੍ਰੇਰੀਜ਼ ਦੇ ਵਿੱਚ, ਉਹ ਤੁਹਾਨੂੰ ਹੋਣੀ ਚਾਹੀਦੀ ਹੈ, ਤਾਂ ਉਹ ਉੱਥੋਂ ਪੁੱਛੇ ਜਾਣਗੇ ਤੁਹਾਡੇ ਲਈ ਕੁਐਸਚਨ। ਇਸ ਤੋਂ ਇਲਾਵਾ ਰੈਫਰੈਂਸ ਸਰਵਿਸ ਤੋਂ ਆਉਣ ਵਾਲੇ ਆ, ਠੀਕ ਹੈ, ਤਾਂ ਇੱਕ ਇਹ ਵੀ ਚੀਜ਼ ਦੇਖ ਸਕਦੇ ਹੋ। ਇਸ ਤੋਂ ਇਲਾਵਾ ਮੀਨਸ ਇਹਦੇ ਵਿੱਚ ਸਾਰੇ ਦਾ ਸਾਰਾ ਲਾਇਬ੍ਰੇਰੀ ਦਾ ਹੀ ਕੰਸੈਪਟ ਹੈ, ਠੀਕ ਹੈ, ਹਰ ਇੱਕ ਚੀਜ਼ ਉੱਧਰ ਜਾ ਕੇ ਜੁੜੇਗੀ ਤੁਹਾਡੀ ਲਾਇਬ੍ਰੇਰੀ ਵਾਲੇ ਟੋਪਿਕ ਦੇ ਨਾਲ, ਤੁਹਾਡੇ ਡਿਪਲੋਮਾ ਦੇ ਨਾਲ, ਠੀਕ ਹੈ, ਤਾਂ ਉਹ ਚੀਜ਼ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ। ਨੈਕਸਟ ਕੀ ਹੈ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਬਿਬਲੀਓਗ੍ਰਾਫੀ, ਡੈਫੀਨੇਸ਼ਨ ਉਸਦੀ, ਠੀਕ ਹੈ, ਉਸਦੇ ਬਾਰੇ ਵਿੱਚ ਪ੍ਰੋਪਰ ਚਰਚਾ, ਬੁੱਕਸ ਦੇ ਨਾਲ ਸਾਰਾ ਜੁੜਿਆ ਹੋਇਆ ਕੰਸੈਪਟ ਹੈ, ਬੁੱਕਸ ਦੀ ਸਟੱਡੀ ਤੁਹਾਨੂੰ ਡੈਪਥ ਲੈਵਲ ਤੇ ਜਾ ਕੇ ਕਰਨੀ ਪਏਗੀ, ਕਿਉਂਕਿ ਤੁਸੀਂ ਲਾਇਬ੍ਰੇਰੀ ਨੂੰ ਜ਼ਰਾ ਸੋਚ ਲਓ ਅੰਦਰ ਦੀ ਸਿਚੁਏਸ਼ਨ, ਹਰ ਇੱਕ ਪਰਸਨ ਲਾਇਬ੍ਰੇਰੀ ਵਿੱਚ ਕਦੇ ਨਾ ਕਦੇ ਗਿਆ ਹੋਊਗਾ, ਚਾਹੇ ਕੋਈ ਪ੍ਰਾਈਵੇਟ ਲਾਇਬ੍ਰੇਰੀ ਹੈ, ਚਾਹੇ ਕੋਈ ਗਵਰਨਮੈਂਟਲ ਲਾਇਬ੍ਰੇਰੀ ਹੈ, ਠੀਕ ਹੈ, ਤਾਂ ਚਾਹੇ ਸਕੂਲ ਲਾਇਬ੍ਰੇਰੀ ਹੈ, ਹਰ ਇੱਕ ਪਰਸਨ ਉਹਦੇ ਵਿੱਚੋਂ ਜਾ ਕੇ ਆਇਆ ਹੈ ਕਦੇ ਨਾ ਕਦੇ। ਐਂਡ ਤੁਸੀਂ ਤਾਂ ਹੋ ਹੀ ਲਾਇਬ੍ਰੇਰੀ ਵਾਲੇ ਕੋਰਸ ਵਾਲੇ ਹੈ ਨਾ, ਤਾਂ ਤੁਹਾਨੂੰ ਤਾਂ ਕੋਈ ਦਿੱਕਤ ਹੈ ਹੀ ਨਹੀਂ, ਤੁਹਾਨੂੰ ਤਾਂ ਪ੍ਰੋਪਰ ਇਸ ਮਾਮਲੇ 'ਚ ਟ੍ਰੇਨਿੰਗ ਵੀ ਮਿਲੀ ਹੋਏਗੀ, ਐਂਡ ਕੋਈ ਦਿੱਕਤ ਨਹੀਂ ਹੈ। ਨੈਕਸਟ ਹੈ ਕਲਾਸੀਫਿਕੇਸ਼ਨ, ਡੈਫੀਨੇਸ਼ਨ, ਨੀਡ ਐਂਡ ਪਰਪਸ, ਉਹ ਚੀਜ਼ਾਂ ਤੁਸੀਂ ਦੇਖ ਸਕਦੇ ਹੋ, ਇਹਦੇ ਵਿੱਚ ਸਾਰੀਆਂ ਤੁਹਾਨੂੰ ਮਿਲ ਜਾਣਗੀਆਂ। ਐਂਡ ਬਾਕੀ ਕੁਛ ਨਾ ਕੁਛ ਪਰਸਨਸ ਦੀ ਫਿਲੋਸਫੀ ਦੇ ਅਕੋਰਡਿੰਗ ਵੀ ਤੁਹਾਨੂੰ ਇਹਦੇ ਵਿੱਚ ਦੇਖਣਾ ਪੈ ਸਕਦਾ ਹੈ, ਠੀਕ ਹੈ, ਤਾਂ ਬਾਕੀ ਕਲਾਸੀਫਿਕੇਸ਼ਨ ਦੇ ਬੇਸ 'ਤੇ। ਬਾਕੀ ਲਾਇਬ੍ਰੇਰੀ ਦਾ ਕੈਟਲੋਗ, ਲਾਇਬ੍ਰੇਰੀ ਕੈਟਲੋਗ ਦੇ ਬੇਸ, ਠੀਕ ਹੈ, ਹੁਣ ਹੋ ਗਿਆ ਨਾ ਬੁੱਕਸ ਦੇ ਮੀਨਸ ਸੈਟ ਆਫ ਬੁੱਕਸ ਦੇ ਬੇਸ 'ਤੇ ਤੁਸੀਂ ਕਹਿ ਸਕਦੇ, ਜਦੋਂ ਡਿਵੀਜ਼ਨ ਹੋ ਜਾਂਦੀ ਹੈ ਉਸਨੂੰ ਅਸੀਂ ਕੈਟਲੋਗ ਦੇ ਬੇਸ 'ਤੇ ਦੇਖ ਸਕਦੇ ਹਾਂ, ਤਾਂ ਉਹਦੇ ਵਿੱਚ ਉਸਦੀ ਡੈਫੀਨੇਸ਼ਨ ਸਾਰੀ ਦਾ ਸਾਰਾ ਉਹਦਾ ਸਿਸਟਮ, ਟਾਈਪਸ ਆਫ ਕੈਟਲੋਗ ਕਿੰਨੇ ਟਾਈਪ ਦੇ ਹੋ ਸਕਦੀਆਂ ਨੇ, ਠੀਕ ਹੈ, ਕਾਈਂਡਸ ਆਫ ਐਂਟਰੀਜ਼ ਐਂਡ ਦੇਅਰ ਫੰਕਸ਼ਨਸ, ਪਾਰਟਸ ਆਫ ਐਂਟਰੀਜ਼, ਸਬਜੈਕਟ ਹੈਡਿੰਗ ਐਂਡ ਚੇਨ ਪ੍ਰੋਸੀਜਰ, ਫਿਲਿੰਗ ਆਫ ਐਂਟਰੀਜ਼, ਕਰੰਟ ਟ੍ਰੈਂਡਸ, ਮੀਨਸ ਇਹ ਸਾਰਾ ਜੁੜਿਆ ਹੋਇਆ ਇਸ ਪੁਆਇੰਟ 'ਤੇ, ਸਿੰਪਲ ਜੀ ਗੱਲ ਜੋ ਅਸੀਂ ਪਹਿਲਾਂ ਦੇਖ ਲਿਆ। ਇਸ ਤੋਂ ਇਲਾਵਾ ਲਾਸਟ ਵਾਲਾ ਇੱਕ ਟੋਪਿਕ ਕਿਤੇ ਈਜ਼ੀ ਹੈ, ਠੀਕ ਹੈ, ਐਂਡ ਅਗਰ ਅਸੀਂ ਦੇਖੀਏ ਤਾਂ ਸਕੂਲ ਲਾਇਬ੍ਰੇਰੀ ਸਿਸਟਮ ਹੈ ਸਾਰੇ ਦਾ ਸਾਰਾ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਡੈਫੀਨੇਸ਼ਨ, ਨੀਡਸ ਐਂਡ ਓਬਜੈਕਟਿਵ ਕੰਪੋਨੈਂਟਸ, ਇਨਫੋਰਮੇਸ਼ਨ ਸੋਰਸਿਸ ਇਨ ਸਕੂਲ ਲਾਇਬ੍ਰੇਰੀਜ਼, ਇਨੀਸ਼ੀਏਟਿਵਸ ਫੋਰ ਸਕੂਲ ਲਾਇਬ੍ਰੇਰੀਜ਼ ਇਨ ਇੰਡੀਆ, ਮੀਨਸ ਇਸ ਤਰ੍ਹਾਂ ਨਾ ਤੁਹਾਨੂੰ ਹਿਸਟਰੀ ਵੀ ਪੜ੍ਹਨੀ ਪਏਗੀ, ਸਕੂਲ ਲਾਇਬ੍ਰੇਰੀ ਦਾ ਸਿਸਟਮ ਪਾਸ ਵਿੱਚ ਕਿਵੇਂ ਦਾ ਰਿਹਾ ਇੰਡੀਆ ਵਿੱਚ, ਉਹ ਚੀਜ਼ਾਂ ਤੁਹਾਨੂੰ ਪੜ੍ਹਨੀਆਂ ਪੈਣੀਆਂ, ਅੱਜ ਕਿਸ ਲੈਵਲ ਤੇ ਪਹੁੰਚ ਚੁੱਕਿਆ ਉਹ ਚੀਜ਼ਾਂ ਦੇਖ ਸਕਦੇ ਹੋ ਕਿਤੇ ਨਾ ਕਿਤੇ। ਬਾਕੀ ਫਿਰ ਵੀ ਕਦੇ ਇਨ ਡੈਪਥ ਇਸ ਦੀ ਚਰਚਾ ਕਰ ਲਾਂਗੇ, ਅੱਜ ਮੇਰੇ ਕੋਲ ਇਸੇ ਜਿੰਨੀ ਨੌਲੇਜ ਆ ਤੁਹਾਡੇ ਨਾਲ ਮੈਂ ਇੱਥੇ ਸ਼ੇਅਰ ਕਰ ਰਿਹਾ। ਬਾਕੀ ਦੇਖਦੇ ਹਾਂ ਇਸ ਦੇ ਬਾਰੇ ਵਿੱਚ ਅੱਗੇ ਹੈ ਰੋਲ ਆਫ ਪ੍ਰੋਫੈਸ਼ਨਲ ਐਸੋਸੀਏਸ਼ਨਸ ਇਨ ਸਕੂਲ ਲਾਇਬ੍ਰੇਰੀਅਨ, ਠੀਕ ਹੈ, ਤਾਂ ਇਹ ਚੀਜ਼ਾਂ ਹੈ। ਬਾਕੀ ਲਾਸਟ ਟੋਪਿਕ ਮੈਂ ਤੁਹਾਨੂੰ ਦੱਸਿਆ ਸੀ ਜਿੱਦਾਂ ਕਿ ਹੈ ਥੋੜ੍ਹਾ ਜਿਹਾ ਈਜ਼ੀ ਬਟ ਇੰਟਰਸਟਿੰਗ, ਲਾਇਬ੍ਰੇਰੀ ਐਂਡ ਇਟਸ ਯੂਜਿਜ਼, ਰੋਲ ਆਫ ਲਾਇਬ੍ਰੇਰੀਜ਼ ਇਨ ਡਿਜੀਟਲ ਕੰਟੈਕਸਟ, ਕੈਟਾਗਰੀਜ਼ ਆਫ ਯੂਜਰਸ ਐਂਡ ਦੇਅਰ ਇਨਫੋਰਮੇਸ਼ਨ ਨੀਡਸ, ਇਨਫੋਰਮੇਸ਼ਨ ਸੀਕਿੰਗ ਬਿਹੇਵੀਅਰ, ਯੂਜਰ ਸਟੱਡੀਜ਼, ਰਿਸਰਚ ਟੂਲਸ, ਤਾਂ ਇਹ ਚੀਜ਼ਾਂ ਤੁਹਾਨੂੰ ਸਾਰੀਆਂ ਦੇਖਣੀਆਂ ਪੈਣਗੀਆਂ। ਬਾਕੀ ਲਾਸਟ ਥੋੜ੍ਹੀ ਜਿਹੀ ਦੇਖ ਲਓ, ਹੋਰ ਕੁਛ ਨਾ ਕੁਛ ਇੰਸਟਰਕਸ਼ਨ ਇਹਨੇ ਜੋ ਲਿਖੀਆਂ ਹੋਈਆਂ, ਕਹਿੰਦੇ ਪੇਪਰ ਹੋਏਗਾ ਜੀ ਬਾਈਲਿੰਗੁਅਲ, ਠੀਕ ਹੈ ਜੀ, ਪੇਪਰ ਬਾਈਲਿੰਗੁਅਲ ਹੈ, ਬਾਈਲਿੰਗੁਅਲ ਇੰਗਲਿਸ਼ ਐਂਡ ਪੰਜਾਬੀ ਦੇ ਵਿੱਚ ਹੋਏਗਾ, ਕਾਫੀ ਵਧੀਆ ਚੀਜ਼ ਆ, ਪੰਜਾਬ ਦੇ ਪੇਪਰ ਵੈਸੇ ਆਲਮੋਸਟ ਹੁੰਦੇ ਹੀ ਬਾਈਲਿੰਗੁਅਲ ਹੈ। ਐਂਡ ਇਸ ਤੋਂ ਇਲਾਵਾ ਅਗਰ ਅਸੀਂ ਗੱਲ ਕਰੀਏ ਕੁਐਸਚਨ ਪੇਪਰ ਐਮਸੀਕਿਊਸ ਬੇਸਡ ਹੋਏਗਾ, ਠੀਕ ਹੈ ਜੀ, OMR ਸ਼ੀਟ ਦੇ ਬੇਸ ਤੇ ਹੋਏਗਾ, ਤੁਸੀਂ ਸਭ ਦਿੰਦੇ ਹੋਗੇ, ਜਾਣਦੇ ਹੋਵੋਗੇ। ਨੈਕਸਟ ਹੈ ਜੀ, ਠੀਕ ਹੈ, ਕੁਛ ਬੇਸਿਕ ਇੰਸਟਰਕਸ਼ਨਸ ਹੈ, ਇੱਥੇ ਕੁਛ ਖਾਸ ਹੈ ਨਹੀਂ। ਬਾਕੀ ਗਾਇਸ, ਇਸ ਦੀ ਅਗਰ ਮੈਂ ਗੱਲ ਕਰਾਂ ਕੋਚਿੰਗ ਦੇ ਸੰਬੰਧ ਵਿੱਚ, ਇਸ ਦੀ ਕੋਚਿੰਗ ਅਸੀਂ ਸਟਾਰਟ ਕਰਾਂਗੇ, ਤਾਂ ਉਸਦੇ ਸੰਬੰਧ ਵਿੱਚ ਤੁਹਾਨੂੰ ਅਪਡੇਟ ਕਰਾਂਗੇ। ਇਸ ਦੇ ਬਾਰੇ ਵਿੱਚ ਤੁਸੀਂ ਸਾਨੂੰ ਪਹਿਲਾਂ ਦੱਸਣਾ ਕਿ ਤੁਸੀਂ ਇੰਟਰਸਟਿਡ ਹੋ ਕੋਚਿੰਗ ਦੇ ਸੰਬੰਧ ਵਿੱਚ, ਤਾਂ ਉਸਦੇ ਸੰਬੰਧ ਵਿੱਚ ਤੁਸੀਂ ਸਾਨੂੰ ਇਸ ਨੰਬਰ ਤੇ 9710505500 ਤੇ, ਸਾਡਾ ਜੋ ਹੈਲਪਿੰਗ ਨੰਬਰ ਹੈ, ਸਾਡਾ ਵਟਸਐਪ ਨੰਬਰ ਹੈ, ਤੁਸੀਂ ਸਾਨੂੰ ਇਨਫੋਰਮ ਕਰੋਗੇ ਐਂਡ ਅਪਡੇਟ ਅਸੀਂ ਤੁਹਾਨੂੰ ਸਾਡੇ ਫ੍ਰੀ ਵਟਸਐਪ ਗਰੁੱਪਸ ਦੇ ਵਿੱਚ ਐਡ ਵੀ ਕਰਾਂਗੇ। ਜੋ ਵੀ ਤੁਹਾਡੇ ਕੋਚਿੰਗ ਦੇ ਸੰਬੰਧ ਵਿੱਚ ਹੁੰਦੀ ਹੈ ਅਪਡੇਟ, ਉਹ ਸਾਰੀ ਦੀ ਸਾਰੀ ਮੈਂ ਤੁਹਾਨੂੰ ਉੱਥੇ ਦੇਊਂਗਾ ਜਦੋਂ ਵੀ ਬੈਚ ਸਟਾਰਟ ਕੀਤਾ ਜਾਂਦਾ ਹੈ, ਜਾਂ ਜੋ ਵੀ ਅਪਡੇਟ ਹੋਏਗੀ ਤੁਹਾਡੇ ਪੂਰੇ ਬੈਚ ਦੇ ਰਿਗਾਰਡਿੰਗ, ਕਿਉਂਕਿ ਮੈਨੂੰ ਇੱਕ ਪ੍ਰੋਪਰ ਪਲੈਨਿੰਗ ਕਰਨੀ ਪਏਗੀ, ਮੈਂ ਉਹੀ ਅਨਾਊਂਸ ਕਰਨ ਨਹੀਂ ਆ ਜਾਂਦਾ, ਠੀਕ ਹੈ, ਤਾਂ ਮੈਨੂੰ ਹਰ ਇੱਕ ਚੀਜ਼ ਪਲੈਨਿੰਗ ਦੇ ਨਾਲ ਹੀ ਕਰਨੀ ਪੈਂਦੀ ਹੈ। ਅਗਰ ਮੇਰੀ ਪਲੈਨਿੰਗ ਬਣਦੀ ਹੈ ਪ੍ਰੋਪਰ, ਮੈਂ ਉਸ ਲੈਵਲ 'ਤੇ ਜਾ ਕੇ ਤੁਹਾਨੂੰ ਕਰਵਾ ਪਾਊਂਗਾ,
ਤਾਂ ਹੀ ਬੈਚ ਸ਼ੁਰੂ ਕਰੂੰਗਾ, ਮੈਂ ਅੱਜ ਹੀ ਕਹਿ ਰਿਹਾ, ਅਦਰਵਾਈਜ਼ ਮੈਂ ਬੈਚ ਨਹੀਂ ਸ਼ੁਰੂ ਕਰਨ ਵਾਲਾ। ਅਗਰ ਮੈਂ ਬੈਸਟ ਲੈਵਲ 'ਤੇ ਕਰਵਾਊਂਗਾ, ਕਰਵਾ ਪਾਊਂਗਾ, ਮੈਂ ਪੂਰੀ ਪਲੈਨਿੰਗ ਕਰੂੰਗਾ ਇਸ ਸੰਬੰਧ ਵਿੱਚ। ਬਾਕੀ ਮੈਨੂੰ ਇੱਕ ਮੇਨ ਚੀਜ਼ ਸੀ, ਕਿਉਂਕਿ ਤੁਸੀਂ ਸਾਰੇ ਵੇਟ ਕਰ ਰਹੇ ਸੀ, ਤਾਂ ਮੇਰਾ ਵੇਟ ਤੁਸੀਂ ਜ਼ਿਆਦਾ ਲੰਬੀ ਨਾ ਹੋਏ ਉਸ ਸੰਬੰਧ ਵਿੱਚ, ਇਸ ਕਰਕੇ ਮੈਂ ਤੁਹਾਡੇ ਸਾਹਮਣੇ ਸਾਰੀ ਦੀ ਸਾਰੀ ਅਪਡੇਟ ਰੱਖੀ ਹੈ। ਇਸ ਤੋਂ ਇਲਾਵਾ ਆਪਣੀ ਐਪ 'ਤੇ ਐਂਟੀਟੀ ਦੇ ਐਂਡ ਪੀ ਐੱਸ ਸੈੱਟ ਦੇ ਡਿਫਰੈਂਟ ਡਿਫਰੈਂਟ ਕੋਰਸਿਸ ਚੱਲ ਰਹੇ ਹੈ। ਐਂਟੀਟੀ ਦਾ 60 ਮਾਰਕਸ ਦਾ ਸਪੈਸ਼ਲ ਕੋਰਸ ਵੀ ਉੱਥੇ ਮੈਂ ਹੀ ਕਰ ਰਿਹਾ, ਠੀਕ ਹੈ। ਮੈਨੂੰ ਸੀ ਉਮੀਦ ਪੂਰੀ ਕਿ ਮੈਂ ਐਂਟੀਟੀ ਨੂੰ 60 ਨੰਬਰ ਦਾ ਇੱਕ ਵਧੀਆ ਲੈਵਲ 'ਤੇ ਲੈ ਕੇ ਜਾਊਂਗਾ, ਅੱਜ ਲੈ ਕੇ ਜਾ ਰਿਹਾ, ਮੈਨੂੰ ਕੋਈ ਦਿੱਕਤ ਨਹੀਂ ਹੈ। ਅਗਰ ਮੈਨੂੰ ਲਾਇਬ੍ਰੇਰੀ ਦੀ ਵੀ ਹੋਈ ਕਿ ਮੈਂ 60 ਲੈਵਲ ਦਾ, ਉਸ ਨੂੰ ਵਧੀਆ ਲੈਵਲ 'ਤੇ ਜੇ ਲੈ ਕੇ ਜਾਊਂਗਾ, ਤਾਂ ਮੈਂ ਉਸਦੇ ਲਈ ਵੀ ਸਟਾਰਟ ਕਰੂੰਗਾ ਗਾਇਸ, ਡੋਂਟ ਵਰੀ। ਬਟ ਉਸ ਬਾਰੇ ਤੁਹਾਨੂੰ ਅਪਡੇਟ ਮੈਂ ਸਾਡੇ ਫ੍ਰੀ ਵਟਸਐਪ ਗਰੁੱਪਸ ਦੇ ਵਿੱਚ ਹੀ ਦਊਂਗਾ, ਤਾਂ ਤੁਸੀਂ ਫ੍ਰੀ ਵਟਸਐਪ ਗਰੁੱਪਸ ਦਾ ਹਿੱਸਾ ਬਣ ਸਕਦੇ ਹੋ। ਉਸਦੇ ਲਈ ਤੁਸੀਂ ਕਰਨਾ ਕੀ ਹੈ, ਉਸਦੇ ਲਈ ਸਿੰਪਲ, ਤੁਸੀਂ ਆਪਣਾ ਨੇਮ ਲਿਖੋ, ਸਪੇਸ ਆਪਣਾ ਪੇਪਰ ਲਿਖੋ, ਸਪੇਸ ਆਪਣਾ ਸਿਟੀ ਦਾ ਨੇਮ, ਤੁਹਾਡਾ ਜੋ ਸ਼ਹਿਰ ਦਾ ਨੇਮ ਹੈ ਉਹ ਲਿਖੋ, ਸਪੇਸ ਤੁਸੀਂ ਮੇਲ ਹੋ ਜਾਂ ਫੀਮੇਲ ਹੋ, ਇੰਨੀ ਗੱਲ ਤੁਸੀਂ ਲਿਖ ਕੇ ਸਾਨੂੰ ਇਸ ਵਟਸਐਪ ਨੰਬਰ 'ਤੇ ਤੁਸੀਂ ਮੈਸੇਜ ਕਰ ਦਿਉ। ਜਿੰਨਾ ਜਲਦੀ ਹੋ ਸਕਦਾ ਅਸੀਂ ਤੁਹਾਨੂੰ ਉੱਥੇ ਅਪਡੇਟ ਕਰਾਂਗੇ, ਤੁਹਾਡੇ ਫ੍ਰੀ ਵਟਸਐਪ ਗਰੁੱਪਸ ਦੇ ਵਿੱਚ ਐਡ ਕਰਾਂਗੇ ਜੀ। ਓਕੇ ਡੀਅਰ, ਬਾਏ ਬਾਏ, ਟੇਕ ਕੇਅਰ। ਬਾਕੀ ਆਈ ਹੋਪ ਕਿ ਇਨਫੋਰਮੇਸ਼ਨ ਵਧੀਆ ਲੱਗੀ ਹੋਏਗੀ ਐਂਡ ਵੈਲਿਊਏਬਲ ਲੱਗੀ ਹੋਏਗੀ, ਤਾਂ ਫਰੈਂਡਸ ਤੱਕ ਸ਼ੇਅਰ ਜ਼ਰੂਰ ਤੋਂ ਕਰ ਦਿਉ, ਜਿਨ੍ਹਾਂ ਨੂੰ ਹਾਲੇ ਤੱਕ ਸਿਲੇਬਸ ਦਾ ਨਹੀਂ ਪਤਾ, ਸਕੂਲ ਲਾਇਬ੍ਰੇਰੀਆਂ ਦੀ ਤਿਆਰੀ ਕਰਨ ਜਾ ਰਹੇ ਨੇ ਐਂਡ ਬਾਕੀ ਹਾਂ, ਅਗਰ ਹਾਲੇ ਤੱਕ ਕਿਸੇ ਨੇ ਟੈਲੀਗ੍ਰਾਮ ਦਾ ਚੈਨਲ ਜੁਆਇਨ ਨਹੀਂ ਕੀਤਾ ਹੈ ਤਾਂ ਜ਼ਰੂਰ ਤੋਂ ਕਰ ਲਓ। ਫੇਸਬੁੱਕ ਦਾ ਪੇਜ ਲਾਈਕ ਨਹੀਂ ਕੀਤਾ ਤਾਂ ਲਾਈਕ ਕਰਕੇ ਰੱਖੋ, ਇੰਸਟਾਗ੍ਰਾਮ 'ਤੇ ਫੋਲੋ ਕਰਕੇ ਰੱਖੋ ਐਂਡ ਵੈਸੇ ਇਹ ਵੀਡੀਓ ਬਣਨ ਤੋਂ ਪਹਿਲਾਂ ਸਾਰੀ ਅਪਡੇਟਸ ਉੱਥੇ ਪੋਸਟ ਹੋ ਚੁੱਕੀ ਹੈ। ਅਗਰ ਕੋਈ ਨਿਊ ਵਿਊਰ ਆਇਆ ਅੱਜ ਫਸਟ ਟਾਈਮ ਡੈਡ ਬਜ਼ਰ ਦੇ ਚੈਨਲ 'ਤੇ, ਤਾਂ ਡੈਡ ਬਜ਼ਰ ਦੇ ਚੈਨਲ ਨੂੰ ਜ਼ਰੂਰ ਤੋਂ ਸਬਸਕ੍ਰਾਈਬ ਕਰਕੇ ਜਾਏਗਾ ਜੀ, ਬੈਲ ਆਈਕਨ ਨੂੰ ਪ੍ਰੈਸ ਕਰਕੇ ਜਾਏਗਾ ਐਂਡ ਬਾਕੀ ਮਿਲਦੇ ਹਾਂ ਇਸ ਦੇ ਰਿਗਾਰਡਿੰਗ, ਠੀਕ ਹੈ। ਜੋ ਵੀ ਹੈ ਇਸ ਦੇ ਰਿਗਾਰਡਿੰਗ, ਜੋ ਵੀ ਅਪਡੇਟਸ ਹੋਣਗੀਆਂ, ਤੁਸੀਂ ਬਾਕੀ ਵਟਸਐਪ 'ਤੇ ਜ਼ਰੂਰ ਤੋਂ ਮੈਸੇਜ ਕਰੋ, ਜੁੜੋ ਸਾਡੇ ਫ੍ਰੀ ਵਟਸਐਪ ਗਰੁੱਪ 'ਤੇ, ਜੋ ਵੀ ਅਗਲੀ ਅਪਡੇਟ ਹੋਏਗੀ ਤੁਹਾਨੂੰ ਉੱਥੇ ਦਿਆਂਗੇ। ਓਕੇ ਡੀਅਰ, ਬਾਏ।